ਤੁਸੀਂ ਦੇਖ ਰਹੇ ਹੋ ਪੰਜਾਬ ਬਾਣੀ ਫਰੀਦਕੋਟ। ਅੱਜ ਫਰੀਦਕੋਟ ਤੋਂ ਥੋੜ੍ਹੀ ਦੂਰ ਪਿੰਡ ਪੱਕਾ ਦੇ ਸਟੇਡੀਅਮ ਵਿਖੇ ਚੌਥਾ ਕਾਸਕੋ ਕ੍ਰਿਕਟ ਟੂਰਨਾਮੈਂਟ ਸੰਤ ਬਾਬਾ ਮਹੇਸ਼ ਮੁਣੀ ਬੋਰੇ ਵਾਲੇ ਕਲੱਬ ਅਤੇ ਸਮੂਹ ਨਗਰ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਆਓ ਦੇਖਦੇ ਹਾਂ ਸਾਡੇ ਸਹਿਯੋਗੀ ਗੁਰਪ੍ਰੀਤ ਸਿੰਘ ਪੱਕਾ ਦੀ ਖਾਸ ਰਿਪੋਰਟ। ਜੱਗੂ ਗਿੱਲ ਨੇ ਮੈਨੂੰ ਲੱਗਦਾ ਵੀ ਜਿਹੜੀ ਪ੍ਰੋਡਿਕਸ਼ਨ ਲਾ ਲਈ ਹੈ ਨਾ ਕੁਛ ਤੂੰ ਬਚ ਕੇ ਰਹੀ ਹੈ। ਬੇਟੇ ਦਾ ਸੁਭਾਅ ਬਹੁਤ ਗਰਮ ਹੈ, ਉਹਨੇ ਇੱਥੇ ਕੁਝ ਨਹੀਂ ਕਹਿਣਾ ਤੇ ਮੈਨੂੰ ਲੱਗਦਾ ਇੱਕੋ ਹੀ ਏਰੀਆ ਤੁਸੀਂ ਜਾਣਾ ਵੀ ਇਕੱਠੇ ਹੀ ਹੋਣਾ। ਬਾਲ ਪਾਉਣ ਲਈ ਮੁੰਡਾ ਕਦੇ ਤਿਆਰ ਹੈ, ਇੱਕ ਬਾਲ ਚਾਰ ਸਕੋਰ ਰਹਿ ਗਏ, ਫਿਰ ਨਵਾਂ ਕਿਲਾ ਤਿਆਰ ਹੈ। ਉੱਧਰ ਕਦੇ ਲਾਸਟ ਦੇ ਪਲਾਂ ਤੇ ਆ ਮੇਰੇ ਮਿੱਤਰੋ ਖੇਡਦੇ ਮੈਦਾਨ ਵਿੱਚ ਇੱਕ ਸਕੋਰ ਦਾ ਵਾਧਾ ਕਰ ਦਿੱਤਾ। ਕਿੰਨੀਆਂ ਬਾਲਾਂ ਹੋ ਗਈਆਂ ਪੈਰ ਸਭ ਹਾਈਕੋਰਟ ਦੀਆਂ ਜੀ? ਤਿੰਨ ਹੋ ਗਈਆਂ ਨੇ, ਸੱਤ ਬਾਲਾਂ ਰਹਿ ਗਈਆਂ ਨੇ, 15 ਰਹਿ ਗਏ, ਸੱਤ ਬਾਲਾਂ ਚ 15 ਰਹਿ ਗਏ ਆ। ਬਾਹਰ ਸਾਹਮਣੇ ਗੱਲ ਟਿਕਾਣੇ ਲੱਗਣੀ ਮੇਰੇ ਮਿੱਤਰੋ, ਇਧਰੇ ਪਾਸੇ ਜਿਹੜੇ ਨੌ ਗੱਲ ਲਾਸਤੀ ਮੁੰਡੇ ਨੇ ਟਿਕਾਣੇ, ਆਹ ਸਾਹਮਣੇ ਮੇਰੇ ਮਿੱਤਰੋ ਇਧਰੇ ਪਾਸੇ ਬੱਲੇ ਬੱਲੇ ਹੋ ਗਈ ਹੈ। ਆਹ ਸ਼ਾਮਾਂ ਢਲਦੀਆਂ ਜਾ ਰਹੀਆਂ ਨੇ, ਆਹ ਇਧਰੇ ਪਾਸੇ ਵਾਲੇ ਸੇਬੀ ਦੀਆਂ ਟੀਮਾਂ ਜਿਹੜੀਆਂ ਤਿਆਰੀ ਕਰ ਲੈਣ। ਮੇਰੀ ਬੇਨਤੀ ਹੈ ਕਿਰਪਾ ਕਰਕੇ ਵੀਰਾਂ ਨੂੰ, ਸਾਡੇ ਪੱਤਰਕਾਰ ਸਾਹਿਬ ਵੀ ਆਏ ਹੈ, ਬਹੁਤ ਬਹੁਤ ਧੰਨਵਾਦ। ਖੇਡ ਮੈਦਾਨ ਦੇ ਵਿੱਚ ਰਾਲ ਪੈਂਦੀ ਦੇ ਕਰਗਲ ਵੀਰਾਂ, ਆਹ ਸਾਹਮਣੇ ਖੇਡ ਦੇ ਮੈਦਾਨ ਵਿੱਚ ਧਰਦੀਆਂ ਨੌਜਵਾਨ। ਕੋਈ ਕਿਲਾ ਨੌ ਕਹਿੰਦਾ, ਕੋਈ ਨਵਾਂ ਕਿਲਾ ਕਹਿੰਦਾ, ਬੜੇ ਪ੍ਰਸਿੱਧ ਪਿੰਡਾਂ ਦੇ ਨਾਮ ਦਾ ਜ਼ਿਲ੍ਹੇ ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਜਿਹੜੇ ਪਿੰਡਾਂ ਦੇ ਨੇੜੇ ਤੇੜੇ ਹੱਦਾਂ ਸਰਹੱਦਾਂ ਲੱਗਦੀਆਂ, ਇਹ ਮੁੰਡੇ ਕਿਤੇ ਉਹਨਾਂ ਪਿੰਡਾਂ ਦੇ ਕਿਤੇ ਭੱਗੇ ਵਾਲਾ ਡੋਗ ਨਵਾਂ ਕਿਲਾ ਇੱਧਰ ਉਹ ਕੀ ਬਣ ਗਿਆ, ਉਹ ਕੀ ਬਣ ਗਿਆ। ਰਹਿ ਗਏ ਜਿੱਤਣ ਦੇ ਲਈ, ਪੰਜ ਵਾਲਾ ਨੌ ਰਹਿ ਗਏ ਨੇ, ਲਾਸਟ ਓਵਰ ਕੀਨੇ ਕਰਨਾ ਜਲਦੀ ਦੇ ਨਾਲ। ਜੀ ਕੀ ਨਾਮ ਹੈ ਜੀ? ਮੇਰਾ ਨਾਮ ਪਰਮਿੰਦਰ ਸਿੰਘ ਬਰਾੜ। ਜੋ ਅੱਜ ਤੁਸੀਂ ਇੱਥੇ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ ਹੋ, ਕਿਸ ਸੰਬੰਧ ਵਿੱਚ ਕਰਵਾ ਰਹੇ ਹੋ? ਇਹ ਚੌਥਾ ਕ੍ਰਿਕਟ ਟੂਰਨਾਮੈਂਟ ਸੰਤ ਮਹੇਸ਼ ਮੁੰਨੀ ਬੋਰੇ ਵਾਲੇ ਦੀ ਅੱਜ ਕਰਾ ਰਹੇ ਹਾਂ। ਸਮੂਹ ਨਗਰ ਪੰਚਾਇਤ, ਗ੍ਰਾਮ ਪੰਚਾਇਤ ਅਤੇ NRI ਵੀਰ ਪਿੰਡ ਟੇਣਾ, ਉਹਨਾਂ ਦੇ ਸਹਿਯੋਗ ਨਾਲ ਅਸੀਂ ਚੌਥਾ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਹਾਂ। ਪਹਿਲੀ ਜੇਤੂ ਟੀਮ ਨੂੰ ਕੀ ਨਾਮ ਹੈ ਅਤੇ ਦੂਸਰੀ ਜਿਹੜੀ ਟੀਮ ਹੈ ਉਹਨਾਂ ਨੂੰ ਕੀ ਨਾਮ ਦੇ? ਪਹਿਲੀ ਜੇਤੂ ਟੀਮ ਨੂੰ ਬਾਈ ਜੀ 1000 ਦੇ ਪਲੱਸ ਕੱਪਾ, ਸੈਕਿੰਡ ਨੂੰ 15000 ਪਲੱਸ ਕੱਪਾ, ਅਤੇ ਬੈਸਟ ਬੈਟਸਮੈਨ ਅਤੇ ਬੈਸਟ ਬੋਲਰ ਨੂੰ 3100 ਰੁਪਏ। ਕਿਹੋ ਜਿਹਾ ਸੰਯੋਗ ਮਿਲਿਆ ਅੱਜ ਪਿੰਡ ਪੱਕਾ ਵੀ? ਪਿੰਡ ਪੱਕਾ ਦਾ ਅਤੇ ਆਸ ਪਾਸ ਦੇ ਪਿੰਡਾਂ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ, ਸਾਰੇ ਸੱਜਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਇਸ 'ਚ ਨੌਜਵਾਨ ਵੀਰਾਂ ਨੇ ਵੀ ਬਹੁਤ ਵਧੀਆ ਮਹਿਸੂਸ ਹੋਇਆ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਬਾਈ ਜੀ ਚਰਨਜੀਤ ਸਿੰਘ। ਅੱਜ ਦੇ ਕ੍ਰਿਕਟ ਟੂਰਨਾਮੈਂਟ ਨੂੰ ਲੈ ਕੇ ਕੀ ਕਹਿਣਾ? ਅੱਜ ਦਾ ਜਿਹੜਾ ਕ੍ਰਿਕਟ ਟੂਰਨਾਮੈਂਟ ਆ, ਇਹ ਸਾਡਾ ਚੌਥਾ ਟੂੰਕ ਟੂਰਨਾਮੈਂਟ ਆ ਸੰਤ ਪੂਰੇ ਵੀਰਾਂ ਦੀ ਯਾਦ ਦੇ ਵਿੱਚ। ਅਸੀਂ ਪਿੰਡ ਟੈਣਾ, ਗ੍ਰਾਮ ਪੰਚਾਇਤ ਪਿੰਡ ਟੈਣਾ ਵੱਲੋਂ ਅਤੇ ਸਮੂਹ NRI ਵੀਰਾਂ ਵੱਲੋਂ ਕਰਵਾ ਰਹੇ ਹਾਂ। ਇਸ ਦੇ ਨਾਲ ਸਾਨੂੰ ਪਿੰਡ ਪੱਕਾ ਦੇ ਵੱਲੋਂ, ਗ੍ਰਾਮ ਪੰਚਾਇਤ ਅਤੇ ਪਿੰਡ ਪੱਕਾ ਵੱਲੋਂ ਅਤੇ ਨਾਲ ਦੇ ਪਿੰਡਾਂ ਵੱਲੋਂ ਬਹੁਤ ਸਹਿਯੋਗ। ਕਿੰਨੀਆਂ ਟੀਮਾਂ ਨੇ ਇੱਥੇ ਭਾਗ ਲਿਆ ਅੱਜ? 16 ਟੀਮਾਂ ਨੇ ਅੱਜ ਵੀ ਜੀ ਇੱਥੇ ਭਾਗ ਲਿਆ। ਅੱਜ ਟੂਰਨਾਮੈਂਟ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਹੈ ਤਾਂ ਜੇਤੂ ਟੀਮਾਂ ਨੂੰ ਉਹਨਾਂ ਵੱਲੋਂ ਨਾਮ ਪ੍ਰਾਪਤ ਕੀਤੇ ਗਏ ਹੈ। ਕੈਮਰਾਮੈਨ ਬਲਜਿੰਦਰ ਬਰਾੜ ਦੇ ਨਾਲ ਗੁਰਪ੍ਰੀਤ ਪੱਕਾ, ਪੰਜਾਬ ਬਾਣੀ, ਫਰੀਦਕੋਟ।